ਇਹਦੀ ਬਾਜ ਦੀ ਅਹਿਮੀਅਤ ਬਹੁਤ ਹੈ ਜੀ। ਆਪਣੇ ਖਾਲਸੇ ਪੰਥ ਦੇ ਗੁਰੂ ਮਹਾਰਾਜ ਨੇ ਦਸਵੇਂ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਬਾਜ ਰੱਖਿਆ। ਜਿਹੜਾ ਰਾਜਾ ਵਾ ਉਹਦੇ ਕੋਲ ਬਾਜ ਹੋਣਾ ਬਹੁਤ ਜ਼ਰੂਰੀ ਸੀਗਾ ਪੁਰਾਣੇ ਸਮੇਂ ਦੇ ਵਿੱਚ, ਹੁਣ ਵੀ। ਅਤੇ ਇਹ ਤੁਸੀਂ ਜਿਵੇਂ ਬਾਹਰ 'ਤੇ ਪ੍ਰੋਪਰ ਕਵਰ ਵਗੈਰਾ ਪਾ ਕੇ ਰੱਖਿਆ ਹੋਇਆ, ਇਹਦਾ ਕੀ ਕਾਰਨ? ਇਹਦੇ ਨੇਲਸ ਜਿਹੜੇ ਆ ਇਹ ਗ੍ਰਿਪ ਇੰਨੀ ਟਾਈਟ ਬਣਾਉਂਦਾ ਵਾ, ਕਾਫੀ ਜ਼ਿਆਦਾ ਸੱਟਾਂ ਮਾਰ ਦਿੰਦਾ ਜੀ, ਪਕੜਨ ਬਹੁਤ ਮਜ਼ਬੂਤ ਆ, ਹੱਡੀ ਵੀ ਤੋੜ ਦਿੰਦਾ ਜੀ। ਇਹਦੇ ਕਲਗੀ ਹੁੰਦੀ ਹੈ ਜੀ ਸਿਰ 'ਤੇ, ਅਸਲੀ ਪਛਾਣ ਬਾਜ਼ ਦੀ ਇਹ ਆ। ਕਲਗੀ ਦਿਖਾ ਸਕਦੇ ਤੁਸੀਂ? ਆਹ ਦੇਖੋ ਜੀ, ਹਾਂਜੀ ਇਹ ਕਲਗੀ ਹੁੰਦੀ ਹੈ ਜੀ, ਜਿਹਦੀ ਮੇਨ ਪਛਾਣ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਬਾਜ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਇਹਦੀ ਅਹਿਮੀਅਤ ਕੀ ਹੈ? ਇਹਦੀ ਬਾਜ ਦੀ ਅਹਿਮੀਅਤ ਬਹੁਤ ਹੈ ਜੀ। ਆਪਣੇ ਖਾਲਸੇ ਪੰਥ ਦੇ ਗੁਰੂ ਮਹਾਰਾਜ ਨੇ ਦਸਵੇਂ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਬਾਜ ਰੱਖਿਆ। ਇਹਦੀ ਅਹਿਮੀਅਤ ਇਹ ਆ ਕਿ ਵੀ ਜਦੋਂ ਵੀ ਜਿਹੜਾ ਵੀ ਰਾਜਾ ਹੁੰਦਾ ਸੀਗਾ ਉਹ ਆਪਣਾ ਜਿਹੜੇ ਵੀ ਰਾਜੇ ਨੇ ਆਪਣੇ ਇੱਥੋਂ ਦੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਬਾਜ ਨੂੰ ਲੈ ਕੇ ਜਾਂਦੇ ਰਹੇ ਆ ਅਤੇ ਸ਼ਿਕਾਰ ਖੇਡਦੇ ਰਹੇ ਆ, ਅਤੇ ਇਹ ਨਾਲ ਜਿਹੜਾ ਰਾਜਾ ਵਾ ਉਹਦੇ ਕੋਲ ਬਾਜ ਹੋਣਾ ਬਹੁਤ ਜ਼ਰੂਰੀ ਸੀਗਾ ਪੁਰਾਣੇ ਸਮੇਂ ਦੇ ਵਿੱਚ, ਹੁਣ ਵੀ। ਜਿਹਦੇ ਕੋਲ ਬਾਜ ਆ ਉਹ ਇਸ ਸੰਸਾਰ ਦਾ ਰਾਜਾ, ਇਸ ਲਈ ਇਹਦੀ ਆਪਣੇ ਖਾਲਸੇ ਪੰਥ 'ਚ, ਕਿਉਂਕਿ ਖਾਲਸੇ ਨੂੰ ਤਾਂ ਮਹਾਰਾਜ ਨੇ ਰਾਜਾ ਬਣਾਇਆ ਨਾ, ਅਤੇ ਬਾਜ ਹੋਣਾ ਆਪਣੇ 'ਚ ਬਹੁਤ ਜ਼ਰੂਰੀ। ਉਡਾਨ ਬੜੀ ਤਕੜੀ ਹੁੰਦੀ ਹੈ ਬਹੁਤ ਮਹਾਰਾਜ, ਇਹਦੇ ਹਰ ਇੱਕ ਤਰ੍ਹਾਂ ਦੇ ਅਲੱਗ ਅਲੱਗ ਪ੍ਰਕਾਰ ਦੇ ਬਾਜ ਆਉਂਦੇ ਜੀ, ਫੈਲਕਨ ਆ ਜਾਂਦਾ ਵਾ, ਇਹ ਗੋ ਸ਼ੌਕ ਆ ਜੀ। ਠੀਕ ਹੈ, ਹਾਂਜੀ। ਅਤੇ ਇਹਦੀ ਉਮਰ ਕਿੰਨੀ? ਇਹਦੀ 3.5 ਸਾਲ ਜੀ। 3.5 ਸਾਲ ਦੀ? ਅਤੇ ਇਹ ਤੁਸੀਂ ਜਿਵੇਂ ਬਾਂਹ 'ਤੇ ਪ੍ਰੋਪਰ ਕਵਰ ਵਗੈਰਾ ਪਾ ਕੇ ਰੱਖਿਆ ਹੋਇਆ, ਇਹਦਾ ਕੀ ਕਾਰਨ ਹੈ? ਇਹਦੇ ਨੇਲਸ ਜਿਹੜੇ ਆ ਇਹ ਗ੍ਰਿਪ ਇੰਨੀ ਟਾਈਟ ਬਣਾਉਂਦਾ ਵਾ, ਕਾਫੀ ਜ਼ਿਆਦਾ ਸੱਟਾਂ ਮਾਰ ਦਿੰਦਾ ਜੀ, ਪਕੜ ਬਹੁਤ ਮਜ਼ਬੂਤ ਆ, ਹੱਡੀ ਵੀ ਤੋੜ ਦਿੰਦਾ ਜੀ, ਇੰਨੀ ਜ਼ਿਆਦਾ ਗ੍ਰਿਪ ਹੈ ਇਹਦੀ, ਬਹੁਤ ਜ਼ਿਆਦਾ। ਠੀਕ ਹੈ, ਇਹ ਹੁਣ ਆਰਾਮ ਨਾਲ ਬੈਠਾ, ਜਦੋਂ ਇਹਨੂੰ ਖਿਲਾਉਣਾ, ਜਦੋਂ ਇਹਨੂੰ ਕਾਲਿੰਗ 'ਤੇ ਬੁਲਾਉਣਾ ਵਾ, ਤਾਂ ਇਹਦੀ ਬਹੁਤ ਜ਼ਿਆਦਾ ਟਾਈਟ ਹੋ ਜਾਂਦੀ ਹੈ ਪਕੜ, ਤਾਂ ਕਰਕੇ ਆਪਾਂ ਨੂੰ ਫੜ ਕੇ ਰੱਖਣਾ ਪੈਂਦਾ ਜੀ ਇਹਦੇ ਕਰਕੇ। ਨਹੀਂ ਨਹੀਂ ਇਹ ਆਪਾਂ ਯਾਦ ਹੀ ਰੱਖਦੇ ਹਾਂ, ਹੁਣ ਇਹ ਕਰਾਊਡ ਕਰਕੇ ਨਾ ਥੋੜ੍ਹਾ ਜਿਹਾ ਐਗਰੈਸਿਵ ਹੋ ਜਾਂਦਾ ਅਤੇ ਥੋੜ੍ਹਾ ਜਿਹਾ ਡਿਸ ਉਹ ਹੋ ਜਾਂਦਾ ਵਾ, ਇਹਨੂੰ ਔਖਾ ਲੱਗਦਾ ਵਾ ਇਹਨੂੰ। ਹਾਂਜੀ ਨਹੀਂ 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 ਹੁਣ ਇਹ ਸ਼ਿਕਾਰ ਦਾ ਟਾਈਮ ਹੈ ਨਾ ਜੀ, ਇਹਨੇ ਕਿਤੇ ਪੇਟ 'ਤੇ ਵਗੈਰਾ ਜਾ ਕੇ ਬਹਿ ਜਾਂਦੇ ਆ, ਫਿਰ ਤਾਂ ਕਰਕੇ ਅਸੀਂ ਛੱਡ ਨਹੀਂ ਸਕਦੇ ਜੀ। ਇਹ ਬਹੁਤ ਟਾਈਮ ਆ, ਨਹੀਂ ਤਾਂ ਅਸੀਂ ਜ਼ਿਆਦਾਤਰ ਪਰਿੰਦੇ ਛੱਡ ਹੀ ਦਿੰਦੇ ਆ ਵੀਰਾਂ, ਅਤੇ ਇਹੀ ਆ ਜਿਹੜਾ 3 ਸਾਲ ਹੋ ਗਏ ਆਪਣੇ ਕੋਲ, ਅਤੇ 3.5 ਸਾਲ ਇਹਦੀ ਪੂਰੀ ਉਮਰ ਆ, 3 ਸਾਲ 6 ਮਹੀਨੇ। ਕਿਹੜੀ ਕਿਸਮ ਬਾਜ ਦੀ? ਇਹ ਗੋ ਸ਼ੌਕ, ਕ੍ਰਿਸਟਲ ਗੋ ਸ਼ੌਕ। ਠੀਕ ਹੈ, ਇਹ ਓਰੀਜਨਲ, ਇਹਦੇ ਕਲਗੀ ਹੁੰਦੀ ਹੈ ਜੀ ਸਿਰ 'ਤੇ, ਅਸਲੀ ਪਛਾਣ ਬਾਜ ਦੀ ਇਹ ਆ। ਕਲਗੀ ਦਿਖਾ ਸਕਦੇ ਕਿਵੇਂ? ਆਹ ਦੇਖੋ ਜੀ, ਹਾਂਜੀ ਇਹ ਕਲਗੀ ਹੁੰਦੀ ਆ ਜੀ। ਠੀਕ ਹੈ, ਜਿਹਦੀ ਮੇਨ ਪਛਾਣ ਆ ਜੀ ਇਹ ਫੀਮੇਲ ਆ ਜੀ। ਹਾਂਜੀ ਠੀਕ ਹੈ, ਠੀਕ ਹੈ। ਹੋਰ ਬਾਬਾ ਜੀ ਆਪਾਂ ਇਹਦੀ ਖਾਸੀਅਤ, ਖੁਰਾਕ ਬਾਰੇ ਦੱਸ ਸਕੀਏ, ਖੁਰਾਕ ਕੀ ਹੈ ਜੀ ਇਹਦੀ? ਇਹਦੀ ਮਾਸ ਹੀ ਆ ਜੀ, ਇਹ ਆਪਦਾ ਸ਼ਿਕਾਰ ਕਰਦਾ, ਚਿੜੀਆਂ ਤਿੱਤਰ ਬਟੇਰ ਆਹ ਚੀਜ਼ਾਂ ਦਾ ਸ਼ਿਕਾਰ ਕਰਦਾ ਜੀ। ਜੇ ਇਹਨੂੰ ਕੁਛ ਆਪਾਂ ਪਾ ਕੇ ਦਈਏ ਉਹ ਚੀਜ਼ ਇਹਨੇ ਖਾਣੀ, ਕੋਈ ਹੋਰ ਚੀਜ਼ ਨਹੀਂ? ਹੋਰ ਚੀਜ਼ ਨਹੀਂ ਕੋਈ ਖਾਊਗਾ ਮਾਸ ਤੋਂ ਸਿਵਾਏ। ਕਈ ਲੋਕ ਬਾਹਰੋਂ ਦੀ ਲੈ ਕੇ ਦੁਕਾਨਾਂ ਦਾ ਮਾਸ ਪਾਈ ਜਾਂਦੇ ਨੇ ਆਪਦੇ ਹੱਥ 'ਚ ਬਿਠਾਈਏ, ਉਹਦੇ ਨਾਲ ਨਾ ਇਹਦੇ ਪਰ ਜਾਮ ਹੋ ਜਾਂਦੇ ਆ, ਉੱਡ ਨਹੀਂ ਫਸ ਸਕਦਾ ਫਿਰ ਪੰਛੀ। ਅਸੀਂ ਹਾਂਜੀ ਅਸੀਂ ਮਹਾਰਾਜ ਦੀ ਜਿਵੇਂ ਰਹਿਤ ਮੁਤਾਬਿਕ, ਜਿੱਦਾਂ ਮਹਾਰਾਜ ਜੇ ਸ਼ਿਕਾਰ ਖੇਡਦੇ ਰਹੇ ਨੇ ਉਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਸ਼ਿਕਾਰ ਕਰਾਈਦਾ ਜੀ। ਠੀਕ ਹੈ,
ਹਾਂਜੀ। ਸੋ ਦਰਸ਼ਕੋ ਬਹੁਤ ਹੀ ਪਿਆਰਾ ਜੋ ਤੁਸੀਂ ਦੇਖਿਆ ਬਾਜ ਦੇਖ ਰਹੇ ਹੋ, 3.5 ਸਾਲ ਦਾ ਇੱਕ ਖਾਸ ਅਤੇ ਨਿਵੇਕਲੀ ਕਿਸਮ ਹੈ, ਅਤੇ ਇਸ ਨਿਵੇਕਲੀ ਕਿਸਮ ਨੂੰ ਸਾਂਭਣ ਵਾਸਤੇ, ਉਹਨੂੰ ਨਾਲ ਰੱਖਣ ਵਾਸਤੇ ਵਾਕਈ ਕਹਿੰਦੇ ਆ ਵੀ ਖਾਲਸੇ ਇਸ ਜਹਾਨ ਦੇ ਰਾਜੇ ਨੇ, ਅਤੇ ਜੋ ਤੱਥ ਹੈ ਇਹ ਵੀ ਸੱਚ ਹੁੰਦੇ ਹੋਇਆਂ ਨਜ਼ਰ ਆ ਰਿਹਾ। ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।